ਸਤਿ ਸ਼੍ਰੀ ਅਕਾਲ ਜੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਵਿਸ਼ਾਲ ਕੈਂਪ ਵਿੱਚ ਆਇਆ ਦਾ ਜੀ ਆਇਆਂ ਕਹਿੰਦਾ ਜੀ ਅੱਜ ਦਾ ਜੋ ਵਿਸ਼ਾਲ ਖੂਨਦਾਨ ਕੈਂਪ ਸਾਡੇ ਸਰਗੇ ਪਿਤਾ ਜਸੇਦਾਰ ਮੁਖਤਿਆਰ ਸਿੰਘ ਭੁੱਲਰ ਜੀ ਦੀ ਸਲਾਨਾ ਮਿੱਠੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ 27 ਫਰਵਰੀ ਦਿਨ ਐਤਵਾਰ ਨੂੰ ਅੱਜ ਲਗਾਇਆ ਗਿਆ ਹੈ ਸੋ ਬਹੁਤ ਹੀ ਪਿਆਰ ਇਸ ਡੋਨਰਾਂ ਦਾ ਔਰ ਸਾਡੀ ਖਾਲਸਾ ਬਲੱਡ ਟੀਮ ਦਾ ਜਿਨ੍ਹਾਂ ਨੇ ਸਾਨੂੰ ਇਸ ਸਿੱਧੇ ਰਸਤੇ ਪਾਇਆ ਮੈਂ ਧੰਨਵਾਦ ਕਰਦਾ ਹਾਂ ਖਾਲਸਾ ਬਲੱਡ ਟੀਮ ਦੇ ਪ੍ਰਧਾਨ ਸਰਦਾਰ ਅਮਨਦੀਪ ਸਿੰਘ ਜੀ ਦਾ ਔਰ ਸਭ ਤੋਂ ਵੱਡਾ ਸੰਯੋਗ ਸਾਡੇ ਵੱਡੇ ਵੀਰ ਸਰਦਾਰ ਮੋਹਨ ਸਿੰਘ ਜੀ ਮਾੜੀ ਮੇਗਾ ਜੀ ਸਰਦਾਰ ਟਹਿਲ ਸਿੰਘ ਜੀ ਜਿਹੜੇ ਬਲਾਕ ਪ੍ਰਧਾਨ ਨੇ ਸਰਦਾਰ ਬਲਜੀਤ ਸਿੰਘ ਜੀ ਡੇਅਰੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਮਿਹਨਤ ਸਦਕਾ ਜਿਨ੍ਹਾਂ ਦੇ ਪਿਆਰ ਸਦਕਾ ਜਿਨ੍ਹਾਂ ਨੇ ਸਾਨੂੰ ਹੌਸਲਾ ਅਫਜ਼ਾਈ ਦੇ ਕੇ ਇਸ ਸਿੱਧੇ ਕੰਮ ਵਾਸਤੇ ਸਾਨੂੰ ਰਸਤੇ ਪਾਇਆ ਜੀ ਔਰ ਸਭ ਤੋਂ ਵੱਡਾ ਧੰਨਵਾਦ ਹੈ ਜਿਹੜੇ ਵੀਰ ਇੱਥੇ ਜਿਹੜੀਆਂ ਭੈਣਾਂ ਮੇਰੀਆਂ ਬਲੱਡ ਡੋਨੇਟ ਕਰਨ ਵਾਸਤੇ ਆ ਰਹੀਆਂ ਜੀ ਹੁਣ ਤੱਕ ਕਿੰਨੇ 8:30 ਵਜੇ ਬਲੱਡ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਗਈ ਹੈ ਜੀ ਕੈਂਪ ਦੀ ਔਰ ਇਸ ਟਾਈਮ 200 ਤੋਂ ਪਲੱਸ ਜਿਹੜਾ ਉਹ ਡੋਨੇਟ ਹੋ ਚੁੱਕਾ ਵਾ ਆਸ ਕਰਦੇ ਹਾਂ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜਿਹੜਾ 1000 ਤੋਂ ਪਲੱਸ ਜਿਹੜਾ ਅਸੀਂ ਟਾਰਗੇਟ ਨੂੰ ਅਚੀਵ ਕਰਕੇ ਜਾਵਾਂਗੇ ਜੀ ਇਸ ਡੋਨਰਾਂ ਦੇ ਸਹਿਯੋਗ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਕਿ ਜਿਹੜਾ ਬਲੱਡ ਦਾਨ ਕਰਨਾ ਇਹ ਸਭ ਤੋਂ ਮਹਾਨ ਦਾਨ ਹੈਗਾ ਵਾ ਰੋਡ ਐਕਸੀਡੈਂਟ ਗਰਭਵਤੀ ਮਹਿਲਾਵਾਂ ਔਰ ਥੈਲਾਸੀਮੀਆ ਪੀਰੀਅਡ ਬੱਚਿਆਂ ਨੂੰ ਜਿਹੜਾ ਇਹ ਬਲੱਡ ਜਿਹੜਾ ਜਾਂਦਾ ਵਾ ਜੀ ਸਾਡੇ ਇਸ ਜ਼ਿਲ੍ਹੇ ਤੋਂ ਅਲੱਗ ਅਲੱਗ ਜ਼ਿਲ੍ਹਿਆਂ ਤੋਂ 9 ਸਰਕਾਰੀ ਟੀਮਾਂ ਜਿਹੜੀਆਂ ਸਾਡੇ ਇਸ ਸੰਸਥਾ ਦੇ ਵੱਲੋਂ ਹਾਇਰ ਕੀਤੀਆਂ ਗਈਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜਾ ਬਲੱਡ ਜਿਹੜਾ ਕੈਂਪ ਲਗਾ ਰਹੇ ਹਾਂ